ਹੁਸ਼ਿਆਰਪੁਰ ਦੇ ਮਕੇਰੀਆਂ ਪੁਲਿਸ ਨੇ ਇੱਕ ਨੌਜਵਾਨ ਨੂੰ 8 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ DSP ਮਕੇਰੀਆਂ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਜਦ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਪੁੱਛਗਿੱਛ ਦੇ ਦੌਰਾਨ ਉਸ ਕੋਲੋਂ ਚੋਰੀ ਦੇ 8 ਮੋਟਰਸਾਈਕਲ ਬਰਾਮਦ ਹੋਏ ਹਨ। ਉਹਨਾਂ ਦੱਸਿਆ ਹੈ ਕਿ ਵਿਨੋਦ ਕੁਮਾਰ ਨਾਮ ਦਾ ਨੌਜਵਾਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਸ ਦੇ ਖਿਲਾਫ ਚੋਰੀ ਦੇ ਨਾਲ ਸੰਬੰਧਿਤ ਕਈ ਮਾਮਲੇ ਦਰਜ ਹਨ। ਵਿਨੋਦ ਕੁਮਾਰ ਸਾਨੂੰ ਪੁੱਤਰ ਸਿੰਘ ਨਾਲ ਵਾਸੀ ਚੱਕ ਸ਼ਰੀਫ ਜਿਹਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤਰ੍ਹਾਂ ਪੁੱਛਗਿੱਛ ਦੌਰਾਨ ਮੋਟਰਸਾਈਕਲ ਦੀ ਚੋਰੀਆਂ ਕਬੂਲ ਕੀਤੀਆਂ, ਜਿਹਨਾਂ ਵਿੱਚੋਂ 8 ਮੋਟਰਸਾਈਕਲ ਬਰਾਮਦ ਕੀਤੇ ਗਏ ਆ, 4 ਸਪਲੈਂਡਰ, 1 ਪਲਸਰ, 1 ਦੋ ਅਪਾਚੀ, 1 ਗਲੈਂਡਰ, ਜੋ ਕਿ ਵਿਨੋਦ ਕੁਮਾਰ 'ਤੇ ਪਹਿਲਾਂ ਵੀ 3 ਮੁਕੱਦਮੇ ਹਾਜੀਪੁਰ 1 ਡੇਰੀਆਂ ਚੱਲਦੇ ਹਨ, ਉਹ ਵੀ ਚੋਰੀ ਦੇ ਹਨ ਅਤੇ ਇਹ ਨਸ਼ੇ ਦਾ ਆਦੀ ਹੈ, ਜਿਹਦੇ ਮੋਟਰਸਾਈਕਲ ਤੋਂ ਨੌਪਤਨ ਤੋਂ ਸਾਰੇ ਰਿਕਵਰ ਕੀਤੇ ਗਏ ਹੈ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।